ਹਾਂਜੀ ਬੇਟਾ ਸੈਕਿੰਡ ਪਾਰਟ ਵੀਡੀਓ ਦੇ ਵਿੱਚ ਪਾਠ ਨੰਬਰ 18 ਸਰਦਾਰ ਲਖਾ ਸਿੰਘ ਦਾ ਪਿੰਡ ਵਾਕ ਜ਼ਮਾਨਾ ਸਾਨੂੰ ਜ਼ਮਾਨੇ ਅਨੁਸਾਰ ਚੱਲਣਾ ਚਾਹੀਦਾ ਹੈ ਯੋਗਦਾਨ ਸਾਨੂੰ ਸ਼ਹਿਰ ਦੀ ਸਫਾਈ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਉਜੜ-ਪੁਜੜ ਦੰਗਿਆਂ ਵਿੱਚ ਕਈ ਲੋਕ ਉਜੜ-ਪੁਜੜ ਗਏ ਗਰੀਬ ਖਾਣਾ ਪਿੰਡ ਦੇ ਸਰਪੰਚ ਨੇ ਲੇਖਕ ਨੂੰ ਗਰੀਬ ਖਾਣੇ ਵਿੱਚ ਆਉਣ ਦਾ ਸੱਦਾ ਦਿੱਤਾ ਟਕਰਾਅ ਜਾਇਦਾਦ ਨੂੰ ਲੈ ਕੇ ਦੋਵਾਂ ਪਰਾਵਾਂ ਵਿੱਚ ਟਕਰਾਅ ਹੋ ਗਏ ਚੰਡੀ ਜਿੱਤਨੀ ਸਾਡੇ ਦੇਸ਼ ਦੇ ਖਿਡਾਰੀ ਦੇਸ਼ ਲਈ ਚੰਡੀ ਜਿੱਤ ਕੇ ਲਿਆਉਂਦੇ ਹਨ ਜਲਾਲ ਪਿੰਡ ਦੇ ਗਬਰੂਆਂ ਦਾ ਜਲਾਲ ਡੁੱਲ-ਡੁੱਲ ਪੈਂਦਾ ਹੈ हक्का बक्का रह गया ना पिंडे ਦੇ ਲੋਕਾਂ ਦਾ ਆਪਸੀ ਪਿਆਰ ਦੇਖ ਕੇ ਹੱਕਾ ਬੱਕਾ ਰਹਿ ਗਿਆ ਲੇਖਕ ਹੱਕਾ ਬੱਕਾ ਆਪਸੀ ਪਿਆਰ ਦੇਖ ਕੇ ਲੇਖਕ ਇੱਥੇ ਲੇਖਕ ਐਡ ਕਰ ਲਓ ਹੱਕਾ ਬੱਕਾ ਰਹਿ ਗਿਆ ਠੀਕ ਹੈ ਉਸ ਤੋਂ ਬਾਅਦ ਆਜ ਤੁਸੀਂ ਛੋਟੇ ਕੁਐਸਚਨ ਆਨਸਰ ਛੋਟੇ ਕੁਐਸਚਨ ਆਨਸਰ ਮੈਂ ਉੱਥੇ ਮਾਰਕ ਕਰਵਾ ਸਕਦੀ ਹਾਂ ਪਰ ਬੁੱਕ ਕਾਪੀ ਤੇ ਲਿਖੇ ਹੋਏ ਆ ਇਹਨਾਂ ਨੂੰ ਦੇਖ ਲਓ ਜਰਾ ਠੀਕ ਹੈ ਪਿਤਾ ਜੀ ਦੇ ਨਾਲ ਲਾਂਡ ਕੇ ਜਾ ਰਿਹਾ ਲੇਖਕ ਉਹਨਾਂ ਨਾਲ ਹਲਟੀ ਵਾਲੇ ਮੋੜ ਤੇ ਰੁਕਿਆ ਸੀ ਹਲਟੀ ਵਾਲੇ ਮੋੜ ਤੇ ਰੁਕਿਆ ਸੀ ਉਸ ਪਿੰਡ ਵਾਲੇ ਲੋਕ ਮੁਸਾਫਰਾਂ ਸੇਵਾ ਲਈ ਕਾਹਦਾ ਪ੍ਰਬੰਧ ਕਰਦੇ ਰਹੇ ਪਿੰਡ ਵਾਲੇ ਇਸ ਮੋੜ ਉੱਤੇ ਮੁਸਾਫਰਾਂ ਵਾਸਤੇ ਚਾਹ ਦਾ ਇੰਤਜ਼ਾਮ ਕਰ ਦਿੰਦੇ ਵੈਸੇ ਵੀ ਇਸ ਮੋੜ ਉੱਤੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਜਿਵੇਂ ਕਦੀ ਜੱਗ ਕਦੀ ਲੰਗਰ ਕਦੀ ਸ਼ਬੀਲ ਕਦੀ ਚਾਹ ਦੀ ਸੇਵਾ ਆਦਿ ਠੀਕ ਹੈ ਸੈਕਿੰਡ ਆਨਸਰ ਲੇਖਕ ਦੇ ਪਿੰਡ ਦੇ ਦਰਵਾਜ਼ੇ ਉੱਤੇ ਕੀ ਦੇਖ ਕੇ ਹੱਕ ਬੱਕਾ ਰਹਿ ਗਿਆ ਲੇਖਕ ਅੰਦਰ ਬਾਅਦ ਅਨ ਲੇਖਕ ਨੇ ਅੰਦਰ ਬਾਹਰ ਘੁੰਮ ਕੇ ਵੇਖਿਆ ਛੋਟੀ ਇੱਟ ਦੀ ਚਿਨਾਈ ਚੂਨੇ ਦਾ ਪਲਸਤਰ ਨੀਲੇ ਅਤੇ ਖਿਰਮਚੀ ਰੰਗ ਵਿੱਚ ਲਿਖੀਆਂ ਲਿਖਤਾਂ ਦੇਖ ਕੇ ਲੇਖਕ ਹੱਕਾ ਬੱਕਾ ਰਹਿ ਗਿਆ ਦਰਵਾਜ਼ੇ ਉੱਤੇ ਕਿਹਨਾਂ ਦੇ ਚਿੱਤਰ ਬਨੇ ਹੋਏ ਸਨ ਹੀ ਰਾਂਜਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਗਿੱਦਾ ਪਾਉਂਦੀ ਪੰਜਾਬੀ ਮੁਟਿਆਰਾਂ ਅਤੇ ਭੰਗੜਾ ਪਾਉਂਦੇ ਗਬਰੂਆਂ ਦੇ ਮੂੰਹੋਂ ਬੋਲਦੇ ਚਿੱਤਰ ਦਾ ਜਲਾਲ ਜਾਨੀ ਡੂਲ ਡੂਲ ਪੈਂਦਾ ਸੀ ਉਸ ਪਿੰਡ ਵਿੱਚ ਵੰਡ ਤੋਂ ਪਹਿਲਾਂ ਕਿਹੋ ਜਿਹੇ ਵਸਤੇ ਸਨ ਇਹੋ ਜਿਹੇ ਲੋਕ ਵਸਦੇ ਸਨ ਉਸ ਪਿੰਡ ਵਿੱਚ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਪਿੰਡ ਦੀ ਪਿੰਡ ਵੀ ਵੱਡਾ ਸੀ ਤੇ ਲੋਕ ਵੀ ਖਾਂਦੇ ਪੀਂਦੇ ਸਨ ਖੇਤੀਬਾੜੀ ਤੋਂ ਇਲਾਵਾ ਲੋਕ ਭਵਨ ਉਸਾਰੀ ਦਾ ਕੰਮ ਕਰਦੇ ਸਨ ਰਾਜ ਮਿਸਤਰੀ ਬੜਾਈ ਚਿੱਤਰਕਾਰ ਰੰਗ ਰੰਗੋਈਏ ਲੋਹਾਰ ਸਭ ਇਕੱਠਕ ਵੱਧ ਕੇ ਕਾਰੀਗਰ ਸਨ ਦਰਵਾਜ਼ੇ ਦੇ ਛੱਤ ਉੱਤੇ ਬੁਰਜ ਕਿਉਂ ਬਣਾਏ ਸਨ ਐਤ ਬੇਟਾ ਕੱਟਿਆ ਹੋਇਆ ਇੱਥੋਂ ਜਿੰਨੀ ਲੋੜਾ ਉਨਾ ਹੀ ਕਰਨਾ ਲੱਖਾ ਸਿੰਘ ਜੀ ਨੇ ਦੱਸਿਆ ਕਿ ਇਸ ਬੁਰਜ ਉੱਤੇ ਚੜ੍ਹ ਕੇ ਆਉਂਦੇ ਜਾਂਦੀ ਬਰਾਤ ਜਾਂ ਕਿਸੇ ਹੋਰ ਆਉਣ ਜਾਣ ਵਾਲੇ ਕਾਫਲੇ ਬਾਰੇ ਜਾਣਕਾਰੀ حاصل ਕੀਤੀ ਜਾਂਦੀ ਸੀ। ਉੱਥੇ ਘਰਾਂ ਦੀਆਂ ਡਿਓੜੀਆਂ ਤੇ ਚਬਾਰਿਆਂ ਬਰਾਂਡਿਆਂ ਵਿੱਚ ਪੰਛੀਆਂ ਦੇ ਪੀਣ ਲਈ ਆਲਨੇ ਬਣਾਉਣ ਦੇ ਕੀ ਰੱਖਿਆ ਹੈ। ਘਰਾਂ ਵਿੱਚ ਡਿਓੜੀਆਂ ਜਾਂ ਚਬਾਰਿਆਂ ਬਰਾਂਡੇ ਪੰਛੀਆਂ ਦੇ ਪੀਣ ਲਈ ਪਾਣੀ ਦੇ ਡੋਂਗੇ ਤੇ ਪੰਛੀਆਂ ਤੇ ਆਲਨੇ ਬਣਾਉਣ ਵਾਸਤੇ ਟੋکریاں ਟੰਗੀਆਂ ਹੋਈਆਂ ਸਨ। ਠੀਕ ਹੈ। ਉਸ ਪਿੰਡ ਵਿੱਚ ਮੰਦਰ ਗੁਰਦੁਆਰੇ ਜਾਂਚ ਕਰ ਕਿਉਂ ਨਹੀਂ ਸਨ ਪਿੰਡ ਦੇ ਲੋਕ ਰੱਬ ਤੋਂ ਡਰਨ ਵਾਲੇ ਸਨ। ਕੋਈ ਅ ਡੰਬਰ ਪਸੰਦ ਨਹੀਂ ਕਰਦੇ ਇਹਨਾਂ ਦਾ ਰਬ ਉੱਤੇ ਪੂਰਾ ਭਰੋਸਾ ਹੈ ਸਭ ਲੋਕ ਆਪਣੇ ਆਪਣੇ ਘਰਾਂ ਦੀ ਪਾਠ ਪੂਜਾ ਕਰ ਲੈਂਦੇ ਸਨ ਜੇ ਦਾਨ ਦਕਸ਼ਨਾ ਕਰਨ ਦਾ ਮਨ ਹੋਵੇ ਤਾਂ ਹਲਤੀ ਵਾਲੇ ਮੋੜ ਉੱਤੇ ਲੰਗਰ ਲਗਾ ਦਿੰਦੇ ਸਨ ਠੀਕ ਹੈ ਦਿੰਦੇ ਸਨ ਅੱਛਾ ਹੁਣ ਹੈਗੇ ਲੌਂਗ ਕੁਐਸਚਨ ਠੀਕ ਹੈ ਲੇਖਕ ਦੀ ਆਪਣੇ ਪਿਤਾ ਜੀ ਨਾਲ ਉਹਨਾਂ ਦੇ ਨਾਨਕੇ ਜਾਣ ਦੀ ਘਟਨਾ ਬਿਆਨ ਕਰੋ ਇਸ ਪਾਠ ਵਿੱਚ ਲੇਖਕ ਨੇ ਸਰਦਾਰ ਲੱਖਾ ਸਿੰਘ ਦਾ ਪਿੰਡ ਜੋ ਕਿ ਬਾਕੀ ਪਿੰਡਾਂ ਨਾਲੋਂ ਕਾਫੀ ਹਟਕੇ ਹੈ ਬਾਰੇ ਜ਼ਿਕਰ ਕੀਤਾ ਹੈ ਲੇਖਕ ਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਸਾਰੇ ਪਿੰਡ ਸਾਰੇ ਪਿੰਡ ਲੱਖਾ ਸਿੰਘ ਦੇ ਪਿੰਡ ਵਰਗੇ ਬਣ ਜਾਣ ਪਿੰਡ ਦੀ ਖੁਸ਼ਹਾਲੀ ਅਤੇ ਤਰੱਕੀ ਪਿੱਛੇ ਪੰਚਾਇਤ ਅਤੇ ਪਿੰਡ ਦੇ ਬਜ਼ੁਰਗ ਦੀ ਸਾਹਸੁੱਤਰੀ ਸੋਚ ਕੰਮ ਕਰ ਰਹੀ ਹੈ ਕਿਉਂਕਿ ਇਹ ਬੁੱਕ ਦੇ ਵਿੱਚ ਮਾਰ ਰਹਾ ਕਿਤੋਂ ਅੱਗੇ ਹੈ ਤੇ ਕਿਤੋਂ ਪਿੱਛੇ ਨੂੰ ਲੈਣੇ ਪੈਣੀ ਹੈ ਲਾਈਨ ਤੁਹਾਨੂੰ ਉੱਥੇ ਪਤਾ ਨਹੀਂ ਲੱਗਣਾ ਇਸ ਲਈ ਮੈਂ ਕੁਐਸਚਨ ਦਾ ਅਨਸਰ ਹੀ ਜਿਹੜਾ ਕਾਪੀ ਵਾਲਾ ਤੁਹਾਡੇ ਅੱਗੇ ਕਰ ਦਿੱਤਾ ਸਕਿੰ ਲੇਖਕ ਨੇ ਲਖਾ ਸਿੰਘ ਦੇ ਪਿੰਡ ਦੇ ਦਰਵਾਜ਼ੇ ਦੀ ਸਿਫਤ ਕਿਹੜੇ ਸ਼ਬਦਾਂ ਵਿੱਚ ਬਿਆਨ ਕੀਤੀ ਹੈ ਠੀਕ ਹੈ ਇਹਦੇ ਵਿੱਚ ਦੇਖੋ ਹੁਣ ਤੁਸੀਂ ਅ ਉਹਨੇ ਦਿਨੀ ਸਾਡੇ ਪਿੰਡਾਂ ਵਿੱਚ ਇੱਕ ਮਕਾਨ ਪੱਕਾ ਨਹੀਂ ਸੀ ਜਦੋਂ ਸਾਡੇ ਪਿੰਡ ਬਜ਼ੁਰਗਾਂ ਦੇ ਪੱਕਾ ਦਰਵਾਜ਼ਾ ਉਸਾਰਨ ਦੀ ਰੀਤ ਪਾਲੀ ਦਰਵਾਜ਼ਾ ਬਣਨੇ ਨੂੰ ਦੂਸਰੀ ਸਦੀ ਚੱਲ ਰਹੀ ਹੈ ਉਸ ਜਮਾਨੇ ਸਾਰੇ ਹੀ ਬੰਦੇ ਅੱਲਾ ਨੂੰ ਪਿਆਰੇ ਹੋ ਚੁੱਕੇ ਸਨ ਬਾਕੀ ਉਹਨਾਂ ਦੇ ਵਾਰਸ ਅਤੇ ਰਿਸ਼ਤੇਦਾਰ ਵੀ ਵੰਡ ਸਮੇ ਹੱਲਿਆ ਦੀ ਮਾਰ ਹੇਠ ਉਜੜ ਪੁੱਜੜ ਗਏ ਇਹ ਦਰਵਾਜ਼ਾ ਉਹਨਾਂ ਦੀਆਂ ਰੀਜਾਂ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਕਾਰਗਿਰੀ ਉਹਨਾਂ ਦੀ ਕਲਾ ਉਹਨਾਂ ਦੀ ਪਿੰਡ ਪ੍ਰਤੀ ਪਿਆਰ ਆਦੀ ਸਭ ਦਾ ਪ੍ਰਤੀਬਿੰਬ ਹੈ ਕਹਿੰਦਾ ਕਹਿੰਦਾ ਲੱਖਾ ਸਿੰਘ ਭਾਵਕ ਹੋ ਗਿਆ ਉਹਨਾਂ ਨੇ ਜ਼ੁਬਾਨ ਥੜਕਣ ਲੱਗੀ ਅੱਖਾਂ ਪਰ ਆਈਆਂ ਤੇ ਉਹ ਦਰਵਾਜ਼ੇ ਦੀ ਕੰਧ ਦੇ ਸਹਾਰੇ ਨਾਲ ਜ਼ਮੀਨ ਉੱਤੇ ਬੈਠ ਗਿਆ ਦੇਸ਼ ਦੀ ਵੰਡ ਤੋਂ ਪਹਿਲਾਂ ਲੱਖਾ ਸਿੰਘ ਦੇ ਪਿੰਡ ਵਿੱਚ ਜਾਦਾ ਆਬਾਦੀ ਕਿਨਾਂ ਦੀ ਸੀ ਉਸ ਪਿੰਡ ਵਿੱਚ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਪਿੰਡ ਵੀ ਵੱਡਾ ਸੀ ਤੇ ਲੋਕ ਵੀ ਖਾਂਦੇ ਪੀਂਦੇ ਸਨ ਖੇਤੀਬਾੜੀ ਤੋਂ ਇਲਾਵਾ ਲੋਕ ਪਮਨੋਸਾਰੀ ਦਾ ਕੰਮ ਕਰਦੇ ਸਨ ਰਾਇ ਮਿਸਤਰੀ ਬੜਾਈ ਚਿੱਤਰਕਾਰ ਰਾਂਗ ਰਗੋਏ ਲੋਹਾਰ ਇਹ ਸਭ ਇੱਕ ਤੋਕ ਵੱਜ ਕੇ ਕਾਰੀਗਰ ਸਨ ਸੂ ਸੋ ਕੋ ਤੱਕ ਬਣੀਆਂ ਵੱਡੀਆਂ ਇਮਾਰਤਾਂ ਸਾਡੇ ਪਿੰਡ ਦੇ ਮਿਸਤਰੀਆਂ ਦੇ ਉਦਮ ਦਾ ਕਮਾਲ ਹੈ ਲੱਖਾ ਸਿੰਘ ਨੇ ਪੰਛੀਆਂ ਦੇ ਸੁਰੱਖਿਆ ਲਈ ਜੋ ਜੋ ਪ੍ਰਬੰਧ ਕੀਤੇ ਉਹਨਾਂ ਬਾਰੇ ਲੇਖਕ ਵੇਖ ਰਿਹਾ ਸੀ ਅਕਸਰ ਲੋਕਾਂ ਦੇ ਘਰਾਂ ਦੀਆਂ ਜੋੜੀਆਂ ਚ ਬਾਰੀਆਂ ਜਾਂ ਬਰਾਂਡੀਆਂ ਦੇ ਵਿੱਚ ਪੰਛੀਆਂ ਦੇ ਪੀਣ ਲਈ ਪਾਣੀ ਦੇ ਡੋਂਗੇ ਅਤੇ ਪੰਛੀਆਂ ਨੂੰ ਆਲਣੇ ਬਣਾਉਣ ਵਾਸਤੇ ਟੋਕਰੀਆਂ ਟੰਗੀਆਂ ਹੋਈਆਂ ਸਨ ਇਸ ਬਾਰੇ ਸਰਦਾਰ ਜੀ ਦਾ ਕਹਿਣਾ ਸੀ ਕਾਕਾ ਅੱਜ ਕੱਲ ਪੰਛੀਆਂ ਦੇ ਰਹਿਣ ਉਸ ਜਗ੍ਹਾ ਕਿੱਥੇ ਬਚੀ ਇਹਨਾਂ ਲੋਕਾਂ ਦੇ ਦਰਖਤ ਵੱਡੇ ਨਾਲ ਛੱਪਟਾਰੇ ਚਿੜੀਆਂ ਆਪਣੇ ਆਲੇ ਬਣਾ ਸਕਣ ਛੱਪੜ ਤਲਾਬ ਲੋਕਾਂ ਪੂਰਾ ਦਿਨ ਦੇ ਵਿਚਾਰੇ ਪਸ਼ੂ ਪੰਛੀ ਪਾਣੀ ਕਿੱਥੋਂ ਪੀਣ ਇਸ ਕਰਕੇ ਅਸੀਂ ਫਿਰਨੀ ਦੇ ਨਾਲ ਦੋ ਚਾਰ ਜਗ੍ਹਾ ਤੇ ਪੱਖੀਆਂ ਹੋਦੀਆਂ ਬਣਵਾ ਦਿੱਤੀਆਂ ਜਿੱਥੇ ਆਵਾਰਾ ਪਸ਼ੂ ਜਾਂ ਕੋਈ ਕੁੱਤਾ ਬਿੱਲੀ ਜ਼ਰੂਰਤ ਪੈਂਦੇ ਪਾਣੀ ਦਾ ਕੁੱਟ ਪੀ ਲੈਣ ਠੀਕ ਹੈ ਉਸ ਤੋਂ ਬਾਅਦ ਦੇਖੋ ਪਿੰਡ ਵਿੱਚ ਗੁਰਦੁਆਰੇ ਜਾਂ ਮੰਦਿਰ ਨਾ ਹੋਣ ਦੇ ਬਾਰੇ ਕੀ ਦੱਸਿਆ ਲੋਕਾਂ ਦਾ ਦਾਨ ਦਕਸ਼ਨਾ ਹੋਰੇ ਪਿੰਡ ਦੇ ਲੋਕ ਰੱਬ ਤੋਂ ਡਰਨ ਵਾਲੇ ਸਨ ਕੋਈ ਅਡੰਬਰ ਪਸੰਦ ਨਹੀਂ ਕਰਦੇ ਸਨ ਰਾਬੂਤੇ ਪੂਰਾ ਭਰੋਸਾ ਹੈ ਸਭ ਲੋਕ ਆਪਣੇ ਆਪਣੇ ਘਰਾਂ ਹੀ ਪੂਜਾ ਪਾਠ ਕਰ ਲੈਂਦੇ ਸਨ ਜੇ ਦਾਨ ਦਕਸ਼ਨਾ ਕਰਨ ਦਾ ਮਨ ਹੋਵੇ ਤਾਂ ਮੋੜ ਉਤੇ ਲੰਗਰ ਲਗਾ ਦਿੰਦੇ ਸਨ ਸੇਵਾ ਕਰਨ ਦਾ ਮਨ ਹੋਵੇ ਤਾਂ ਪਿੰਡ ਦੇ ਵੱਡੇ ਰਾਹਾਂ ਦੁਆਲੇ ਹੀ ਰਕਤ ਲਵਾ ਦਿੰਦੇ ਪੱਕੇ ਦਰਵਾਜ਼ੇ ਦੀ ਸਫਾਈ ਕਰਵਾ ਦਿੰਦੇ ਰਾਹਾਂ ਵਿੱਚ ਮਿੱਟੀ ਪਵਾ ਦਿੰਦੇ ਹਨ ਦਿਨ ਦੇ ਸਨ ਠੀਕ ਹੈ ਉਸ ਤੋਂ ਬਾਅਦ ਦੇਖੋ ਲੱਖਾ ਸਿੰਘ ਦੇ ਪਿੰਡ ਵਾਲੇ ਖਿਡਾਰੀ ਮਦਦ ਲਈ ਕਿ ਪਿੰਡ ਦੇ ਨਿਆਣੇ ਸਿਆਣੇ ਸਭ ਐਤਵਾਰ ਨੂੰ ਸਕੂਲ ਤੇ ਖੇਡ ਦੇ ਮੈਦਾਨ ਇਕੱਠੇ ਹੁੰਦੇ ਕਬੱਡੀ ਉੱਤੇ ਕੁਸ਼ਤੀ ਦੇ ਮੁਕਾਬਲੇ ਹੁੰਦੇ ਮੁਕਾਬਲੇ ਤੋਂ ਬਾਅਦ ਸਭ ਖਿਡਾਰੀ ਆਪਣੀ ਆਪਣੀ ਰੁਚੀ ਮੁਤਾਬਿਕ ਅਭਿਆਸ ਕਰਦੇ ਇਸ ਦਿਨ ਮੈਦਾਨ ਵਿੱਚ ਦੁੱਧਰਾ ਲੰਗਰ ਲੱਗਦਾ ਸਾਡੇ ਪਿੰਡ ਦੇ ਖਿਡਾਰੀ ਦੂਰ ਦੂਰ ਤੱਕ ਮਸ਼ਹੂਰ ਹਨ ਉਹ ਕਈ ਵਾਰੀ ਚੰਡੀ ਜਿੱਤ ਕੇ ਲਿਆ ਚੁੱਕੇ ਹਨ ਚੰਗੇ ਖਿਡਾਰੇ ਬੱਚਿਆਂ ਵਾਸਤੇ ਸਾਡੇ ਪਿੰਡ ਐਨ ਆਰ ਆਈ ਦੀ ਮਦਦ ਭੇਜਦੇ ਰਹੰਦੇ ਹਨ ਬਾਕੀ ਬੇਟਾ ਇਹ ਤੁਸੀਂ ਸਾਰਾ ਕੰਮ ਜਿਹੜਾ ਹੈਗਾ ਆਪਣੀ ਕਾਪੀ ਦੇ ਉੱਤੇ ਕਰਨਾ ਹੈ WhatsApp ਦੇ ਉੱਤੇ ਵੀ ਮੈਂ ਤੁਹਾਨੂੰ ਇਹਨੂੰ ਪਾ ਦਵਾਂਗੇ ਕੀ ਕੀ ਕਰਨਾ ਠੀਕ ਹੈ ਬੜੇ ਧਿਆਨ ਨਾਲ ਸਾਰਿਆਂ ਨੇ ਕੰਮ ਕਰਨਾ ਓਕੇ ਬੇਟਾ